ਹਰਕੀ ਬਾਬਾ 123 ਮੇਰੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਕਿਰਪਾ ਕਰਕੇ ਸਮਾਜ ਸੇਵਕ, ਸੱਭਿਆਚਾਰਕ, ਧਾਰਮਿਕ ਬਿਰਤੀ ਵਾਲੇ ਲੋਕ ਅਤੇ ਫੇਸਬੁੱਕ ਵੱਡੇ ਵਿਦਵਾਨ ਅਤੇ ਬੀਬੀਆਂ ਸਾਡੀ ਵੀਡੀਓ ਨਾ ਦੇਖਣ, ਕਿਉਂਕਿ ਸਾਡੀ ਵੀਡੀਓ ਦੇ ਵਿੱਚ ਗਾਲਾਂ ਨਿਕਲ ਜਾਂਦੇ ਨੇ। ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਵੀ ਗਾਲਾਂ ਨਾ ਕੱਢੀਏ, ਸਾਡੇ ਵੀਰ ਫਿਰ ਵੀ ਆਪਦੇ ਜਜ਼ਬਾਤਾਂ ਨੂੰ ਕਾਬੂ ਨਹੀਂ ਕਰ ਸਕਦੇ, ਗਾਲ ਨਿਕਲ ਜਾਂਦੀ ਹੈ। ਇਹ ਵੀਡੀਓ ਸਾਡੀ ਲੁੱਚੇ ਲੰਡੇ ਅਤੇ ਕਾਲੇ ਤੇਲ ਵਾਲੇ ਵੀਰਾਂ ਵਾਸਤੇ ਹੈ। ਨਾ ਹੀ ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾ ਹੀ ਉਹ ਘੰਟੀ ਦਬਾਓ, ਕਿਉਂਕਿ ਯੂਟਿਊਬ ਫੇਸਬੁੱਕ 'ਤੇ ਬਹੁਤ ਵਧੀਆ ਵਧੀਆ ਚੀਜ਼ਾਂ ਪਈਆਂ, ਤੁਸੀਂ ਉਹ ਜਾ ਕੇ ਦੇਖੋ, ਸਾਡਾ ਗੰਦ ਨਾ ਦੇਖੋ। ਧੰਨਵਾਦ। ਮਾਸੀ ਤੈਨੂੰ ਸਾਰਾ ਪਿੰਡ ਮੈਂਬਰ ਨਹੀਂ ਕਿਹਾ ਕਰੂਗਾ। ਮੈਨੂੰ ਨਹੀਂ ਲੋੜ ਮੈਂਬਰ ਨਹੀਂ ਮੈਂਬਰ ਨਹੀਂ ਦੀ। ਉਹੀ ਨਾ ਮੱਚਿਆ ਕਰ ਮਾਸੀ, ਸਾਰਾ ਦਿਨ ਮੱਚੀ ਰਹਿਣੀ ਆ। ਕਰਾ ਕੇ ਬੇਇੱਜ਼ਤੀ ਆਉ ਜਾਓਗੇ ਤੁਸੀਂ ਤਾਂ ਪਿੰਡ 'ਚ ਸਾਡੀ। ਤੁਸੀਂ ਜਾਓਗੇ ਬਾਪੂ ਦੇ ਨਾਲ ਫਾਰਮ ਭਰਾਉਣ? ਹਾਂ ਬਾਈ। ਚਲ ਵਧੀਆ ਬਾਈ, ਵਗ ਜਿਓ। ਵਗ ਜਿਓ ਨਾਲੇ ਹੋਰ, ਇਹਨੂੰ ਪਾਣੀ ਨੂੰ ਕੀ ਸੀ, ਇਹ ਤਾਂ ਭੌਂਕਦੇ ਫਿਰਦੇ ਰਹਿੰਦੇ ਸਾਰਾ ਦਿਨ ਗਲੀਆਂ 'ਚ। ਫੇਰ ਕੀ ਹੁੰਦਾ ਗਾ, ਉਹੀ ਤਾਂ ਪੀ ਰਹਿਣੀ ਆ ਸਾਰਾ ਦਿਨ। ਇਹ ਕਿਹੜਾ ਕਿਤੇ ਟਿਕਦੇ ਆ, ਤੂੰ ਤਾਂ ਟਿਕ। ਹੈ ਮਾਸੀ, ਲੱਖੇ ਨੂੰ ਲੈ ਜੀ ਅਸੀਂ ਨਾਲ ਫਾਰਮ ਭਰਨ। ਇਹ ਨਹੀਂ ਜਾਂਦਾ ਜੁੰਦਾ? ਕਿਉਂ? ਇਹ ਨਹੀਂ, ਸਾਡੇ ਘਰੋਂ ਕੋਈ ਨਹੀਂ ਜਾਂਦਾ, ਉਹਦੇ ਮਗਰ ਨਹੀਂ ਲੱਗਦਾ ਕੋਈ। ਉਹ ਵਗ ਜਿਓ ਸਾਡੇ ਨਾਲ। ਪੁੱਛੀ ਦੱਸੀ ਪਤਾ? ਮੈਂ ਨਹੀਂ ਜਾਂਦਾ ਜੁੰਦਾ। ਨਾ ਕੀ ਕਰੀਂਦਾ ਅੱਜ ਮਾਸੀ? ਉਹ ਤਾਂ ਪੁੱਤ ਟੂਰ ਤੇ ਗਿਆ ਸ਼ਿਮਲੇ। ਉਹ ਟੂਰ ਤੇ ਵਗ ਗਿਆ? ਹਾਂ। ਕਦੋਂ ਆਊਗਾ? ਉਹ ਤਾਂ ਪੁੱਤ 2-3 ਦਿਨਾਂ ਨੂੰ ਆਊਗਾ। ਅੱਛਾ ਜੀ। ਹਾਂ, ਮੱਗਰ ਕਿੰਨਾ ਕੁ ਟਾਈਮ ਲਾਊ ਮਾਸੀ? ਬੁਲਾ ਲਾ ਜਲਦੀ ਕਰ। ਜਾ ਪੁੱਤ, ਬੋਲ ਮਾਰ ਉਹਨੂੰ ਅੰਦਰੋਂ। ਅੱਗ ਲੱਗ ਰਹੀ ਹੈ ਬੇਬੇ ਘਰਾਂ ਜਾਣ ਦੀ। ਹਾਂ, ਉਹ ਜਲਦੀ ਜਲਦੀ ਫਾਰਮ ਭਰ ਦੀਏ। ਹਜੇ ਵੀ ਟਾਈਮ ਆ, ਹਟ ਜਾ, ਕਹਿ ਦੋ ਉਹਨੂੰ, ਕਿਉਂ ਘਰ ਪੁੱਟਦੇ ਆ ਉਹਨੂੰ ਦੱਸ ਦੇ। ਉਹ ਨਹੀਂ ਮੰਨਦਾ ਮਾਸੀ, ਉਹ ਤਾਂ ਕਹਿੰਦਾ ਮੈਂਬਰ ਬਣ ਕੇ ਰਹਿਣਾ ਗਾ। ਉਂਗਲਾਂ ਹੀ ਤੁਸੀਂ ਲਾਈਆਂ ਤੁਸੀਂ। ਓਏ, ਅਸੀਂ ਕਿਉਂ ਲਾਉਣੀਆਂ ਨੇ ਮਾਸੀ ਉਂਗਲਾਂ? ਉਹ ਤਾਂ ਆਪ ਹੀ ਹੱਥ ਚੱਕੀ ਫਿਰਦਾ ਹੈਗਾ। ਕਿਹੜੀ ਹੱਥ? ਹੱਥ ਤਾਂ ਉਹਦੀ ਤੇ ਕੀ ਲੈ ਜੂ? ਕੁਛ ਨਹੀਂ ਹੁੰਦਾ, ਮੈਂਬਰ ਬਣਨ ਤੇ ਫੇਰ ਦੇਖਦੇ ਆ ਕੀ ਬਣਦਾ। ਬੇਬੇ ਲੈਣ ਦੇ ਉਹਨੂੰ ਪੰਗਾ, ਟੇਕੇ ਬਹਿ ਜੂਗਾ। ਟਿੱਕੇ ਬਹਿਣ ਵਾਲਾ ਕਿੱਥੇ ਆ ਪੁੱਤ, ਉਹ ਅੱਜ ਤੱਕ ਟਿਕਿਆ ਕਿਤੇ? ਰੂੰ ਕਿਹੜਾ ਮੰਨਦਾ ਕਿਸੇ ਦੀ? ਉਹ ਤਾਂ ਨਾਲੇ ਉਹ ਕੁਛ ਨਹੀਂ ਹੁੰਦਾ ਮਾਸੀ, ਕਿਉਂ ਘਬਰਾਉਣੀ ਹੁੰਨੀ ਆ? ਪੁੱਤ, ਸਾਡੀ ਤਾਂ ਪਿੰਡ 'ਚ ਉਹਨੇ ਪਹਿਲਾਂ ਹੀ ਬੇਇੱਜ਼ਤੀ ਕਰਾ ਰੱਖੀ ਆ, ਮੈਂ ਤਾਂ ਐਂ ਡਰਦੀ ਆ। ਉਹ ਕਿੱਧਰ ਹੀ ਨਹੀਂ ਬੇਇੱਜ਼ਤੀ ਕਰਾਉਂਦਾ, ਉਹ ਚੜਾਈ ਹੋ ਜੇ ਉਹਦੋਂ ਮੈਂਬਰ ਬਣ ਗਿਆ। ਲਾਂਬੇ ਤਾਂ ਉਹਦੇ ਪਹਿਲੇ ਹੀ ਨਹੀਂ ਆਉਣਾ ਹਟਦੇ। ਓਏ, ਹੁਣ ਆਪ ਹੀ ਹਟ ਜਾਣਗੇ ਲਾਂਬੇ ਹੁਣ। ਕਿੱਥੋਂ ਹਟ ਜਾਣਗੇ ਯਾਰ, ਕਿਹਦੇ ਮਸਲੇ ਨਮੇੜੂ? ਉਹ ਜਦੋਂ ਮੈਂਬਰ ਬਣ ਗਿਆ ਵਾਪਸ ਹੁਣ ਵਾਰਸ ਦੀ ਆਉਂਦੇ ਹੈਗੇ। ਤੱਲੇਲੇ ਪਰ ਕੇ ਆ ਗਏ ਉਹ? ਹਾਂ ਬਾਪੂ ਜੀ, ਆਏ ਬੈਠੇ ਨੇ। ਚੱਲ ਭਾਈ ਚੱਲ, ਆ ਜਾ ਬਾਪੂ ਜੀ, ਸਮਾਨ ਚੱਕ ਲੈਂਦੇ ਫਾਰਮ। ਚੱਕ ਲੈ ਭਾਈ, ਚੱਲ। ਟਿੱਲੇ ਵਾਲੀ ਆ ਪੁੱਤ? ਹਾਂ ਮਾਸੀ। ਪੁੱਤ, ਫਾਰਮ ਕਿੱਥੇ ਭਰਦੇ ਹੁੰਦੇ ਆ? ਕਚਹਿਰੀਆਂ ਚ ਭਰਾਉਂਦੇ ਹੁੰਦੇ ਨੇ। ਠੀਕ ਆ, ਆ ਗਿਆ। ਉਹ ਬਾਲੀ ਟਾਈਮ ਲਾਇਆ ਮਗਰਾ। ਉਹ ਬਸ ਮੈਂ ਤਿਆਰ ਤੂਰ ਜਾ ਹੁੰਦਾ ਸੀ, ਕਾਗਜ਼ ਪੱਤਰ ਜੇ ਪੂਰੇ ਕਰਦਾ। ਦੇਖ, ਪੂਰੇ ਨੇ ਫਾਰਮ ਜੇ ਚੱਕ ਲਿਆ ਸਾਰੇ? ਹਾਂ ਹਾਂ। ਆਧਾਰ ਕਾਰਡ, ਵੋਟਰ ਕਾਰਡ, ਉਹ ਸਾਰਾ ਕੁਝ ਬੁਟੂ ਚ ਪਿਆ ਮੇਰੇ ਕੋਲ ਹੈਗਾ। ਠੀਕ ਆ, ਤੂੰ ਚੱਕ ਲੈ ਆਧਾਰ ਕਾਰਡ। ਹਾਂ ਹਾਂ ਹਾਂ, ਤੂੰ ਚੱਪੂ ਚੱਕ ਲਿਆ। ਬਾ ਗਵਾਹੀ ਤੁਸੀਂ ਭਰਨੀ ਉੱਥੇ ਮੇਰੀ। ਬਸ ਠੀਕ ਆ, ਚੱਲ ਚੰਗਾ ਭਾਗਵਾਨ ਨੇ, ਮੈਂ ਜਾਣਾ ਕਾਗਜ਼ ਭਰਨ। ਬੇ ਹਜੇ ਟਾਈਮ ਆ, ਹਜੇ ਕੁਛ ਨਹੀਂ ਵਿਗੜਿਆ, ਨਾ ਜਾ ਤੂੰ, ਨਾ ਜਾ ਤੂੰ। ਨੰਨਾ ਨਾ ਪਾਈ ਯਾ, ਰੱਬ ਦਾ ਨਾਂ ਲੈ ਦੇ ਤੂੰ। ਕੌਣ ਪਾਉਂਦਾ ਤੈਨੂੰ ਵੋਟ? ਤੂੰ ਵੋਟਾਂ ਦਾ ਲਾ ਦੂੰ ਮੈਂ ਢੇਰ, ਮਰੀ ਇੰਨੀ ਆ ਪਕਾਈ। ਚੱਲ ਲੱਖੇ ਪੁੱਤ, ਤੂੰ ਵੀ ਨਾਲ ਚੱਲ। ਉਹ ਮੈਂ ਨਹੀਂ ਜਾਂਦਾ ਬਾਪੂ ਤੇਰੇ ਨਾਲ। ਉਹ ਬਾਗ ਚੱਲ। ਉਹ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਜਵਾਬ ਦੇਈ ਜਾਂਦਾ ਵੀ ਨਾ ਇਹ ਜਾਂ ਪੰਜ ਕੱਢੋ ਯਾਰ। ਤੂੰ ਜਮੀ ਦਿਮਾਗ 'ਚ ਫਰਕ, ਆਪਦੇ ਪਿਓ ਦੇ ਨਾਲ ਫਾਰਮ ਭਰਨ ਮਿਲ ਜਾਂਦਾ ਤੂੰ? ਮੈਂ ਨਹੀਂ ਜਾਂਦਾ ਬਾਪੂ। ਭੇਜ ਦੇ ਮਾਸੀ ਉਹਨੂੰ। ਉਹ ਨਹੀਂ ਜਾਂਦਾ। ਚੱਲ ਨਾ ਜਾਣ ਦੇ ਯਾਰ। ਚੱਲ ਕੋਈ ਨਾ ਪੁੱਤ, ਚੰਗਾ ਫਿਰ ਜਾਂਦ੾। ਚੰਗਾ ਭਰ ਕੇ ਆਉਂਦਾ ਫਾਰਮ। ਹਾਂ ਚੰਗਾ ਫਿਰ ਚੱਲੀਏ। ਚੱਲ ਚੱਲ ਗੱਡੀ ਅੱਕ। ਪਤਾ ਹੀ ਆ ਤੈਨੂੰ ਕਿੰਨੀਆਂ ਕੁ ਪੈਣਗੀਆਂ ਵੋਟਾਂ। ਉਹ ਪੱਕਾਈ ਨਾ ਮਰੀਆ, ਮੈਂ ਤਾਂ ਪੱਕੇ ਹੀ ਜਿੱਤਾਇਆ। ਪੁੱਤ ਬਹਿ ਜਾ ਇੱਥੇ, ਉਹ ਤਾਂ ਬੈਠੂਗਾ ਬੇਬੇ, ਪੰਜ ਤੇ ਹਟਦਾ ਨਹੀਂ। ਪੁੱਤ ਹਜੇ ਵੀ ਟਾਈਮ ਹੈ, ਇਹਨੂੰ ਰੋਕ ਲਾਨੇ ਆਪਾਂ। ਉਹ ਦੇਖ ਲੈਣਾ ਬੇਬੇ, ਰੋਕ ਕੇ ਜੇ ਰੋਕੂਗਾ ਮਨਾ ਲਾਨੇ ਇਹਨੂੰ। ਹਜੇ ਵੀ ਕੁਛ ਨਹੀਂ ਵਿਗੜਿਆ। ਚੱਲ ਪੁੱਤ ਮਨਾਈਏ ਇਹਨੂੰ, ਇਹ ਤਾਂ ਪੱਟ ਦੂ ਘਰ ਆਪਣਾ। ਮਿੰਟਾਂ ਕਰਕੇ ਦੇਖ ਲੈ। ਚੱਲ ਪੁੱਤ ਚੱਲ।
ਬਸ ਬਸ ਕਢਾ ਲੈ ਚੱਲ ਪੁੱਤ ਗੇਟ ਖੋਲ ਵੱਡਾ ਕਿਹੜਾ ਚੱਲ ਕਿਹੜਾ ਬੇ ਮਗਰਾ ਹਾਂ ਹਜੇ ਵੀ ਟਾਈਮ ਆ ਰੁਕ ਜਾ ਤੂੰ ਨੰਨਾ ਨਾ ਪਾਈ ਸਮਝਾ ਲਾ ਪੁੱਤ ਬਾਪੂ ਖੁੰਡਾ ਮਾਰ ਮੱਥੇ 'ਚ ਫੇਰ ਟਿਕੂਗੀ ਇਹ ਹਾਂ ਮਰੀ ਜਾਂਦੀ ਆ ਪਕਾਈ ਬੇ ਤੇਰਾ ਫਾਇਦੇ 'ਚ ਆਉਂਦੇ ਅਸੀਂ ਉਹ ਤੂੰ ਵਗ ਜਾ ਪਕਾਈ ਨਾ ਮਰੀ ਆ ਹਲੇ ਵੀ ਟਾਈਮ ਆ ਰੁਕ ਜਾ ਬੈਠ ਉਹ ਬੈਠ ਪੁੱਤ ਤੇਰਾ ਇਹ ਕੁੰਡਾ ਕਰਵਾ ਦੇਣਾ ਇਹ ਕੁੰਡਾ ਮਤਲਬ ਕੁੰਡਾ ਨਾ ਖਾਲੀ ਭੈਣ ਦਿਨ ਦੀ ਚੱਬਲ ਜੀ ਮਰੀ ਜਾਂਦੀ ਆ ਪਕਾਈ ਬਹਿ ਜਾ ਮੱਗਰਾ ਯਾਰ ਕੋਈ ਭੈਣ ਕੁਝ ਨਹੀਂ ਜਾਣਾ ਲੋਕਾਂ ਦਾ ਕੀ ਜਾਊਗਾ ਕਿੱਲਾ ਵਕ ਪੈਦਾ ਨਾ ਦਾਰੂ ਪੀ ਕੇ ਘਰੇ ਵੜ ਜਾਣਗੇ ਲੋਕ ਕਰ ਜਾ ਮੈਂ ਚੋਣ ਨਿਸ਼ਾਨ ਲੈ ਕੇ ਆ ਗਿਆ 2 ਘੰਟੇ ਚ ਪਕਾਈ ਨਾ ਮਰੀ ਬਾਏ ਪੁੱਤ ਨਾ ਮੰਨਣਾ ਬੇਬੇ ਚੱਲ ਓਏ ਪੇਟ ਨੂੰ ਬੜੀ ਜਾਂਦਾ ਓਏ ਇਧਰ ਨਿਕਲ ਉਹ ਮੇਰੀ ਚੀਜ਼ ਅੰਦਣ ਕਿਹੜੇ ਕੰਮ ਤੇ ਦਿਹਾੜੀ ਤੇ ਜਾਂਦਾ ਹੁੰਦਾ ਰਾਤ ਨੂੰ ਕੀ ਲੌੜਾ ਜਾਂਦਾ ਦਿਹਾੜੀ ਤੇ ਚੋਰੀ ਕਰਨ ਤੇ ਤਾਂ ਹੁੰਦਾ ਓਏ ਅੱਜ ਦੇਖ ਲਾ ਮੇਰੇ ਤੋਂ ਮੰਗੀ ਜਾਂਦਾ ਮੇਰਾ ਜਾਣਾ ਅੱਗੇ ਤੇਰੀ ਗਾਂਡ ਬੈਠ ਜਾਂਦੀ ਹੈ ਜੇ ਮੈਂ ਮੰਗ ਲੈਣਾ ਮੇਰਾ ਪੁੜਾ ਅੰਦਰ ਕੋਲੇ ਨਾਲ ਡੱਬੀ ਦੇ ਦੇ ਡੱਬੀ ਤਾਂ ਹੈ ਨੀ ਤੇਰੇ ਕੋਲੇ ਹੈਗੀ ਟੱਕਾ ਨਾ ਨਾ ਦੇ ਦੇ ਚੱਡੇ ਹੋਣੇ ਕੀ ਕਹਿੰਦਾ ਸੀ ਕਲੈਂਦੂ ਮੇਰੇ ਸਾਲੇ ਅੰਦਰ ਬੜੀ ਜਾਂਦੇ ਟੱਕੇ ਨਾਲ ਟੋਟੇ ਬਾਈ ਭੈਣ ਚੋਦਾ ਸਾਡਾ ਸੋਲਾ ਪੈਰ ਪੀਏ ਪੈਰ ਤਵਾ ਕਿਵੇਂ ਵੜਦਾ ਅੰਦਰ ਮੇਰੇ ਜਿਹੜੇ ਗੱਪ ਮਰੀ ਜਾਂਦਾ ਮਹਿੰਦਾ ਯਾਰ ਚਾਰਾ ਦਿਨ ਗੱਪਾ ਤੋਂ ਬਿਨਾਂ ਕੰਮ ਨਹੀਂ ਮੇਰੇ ਛਾਲੇ ਲਵੇ ਜੋਡੇ ਮੇਰੇ ਜਿਹੜਾ ਗੜਬੀ ਹੈ ਨੀ ਭੈਣ ਜਿਹੜੇ ਗੱਪ ਮਰੀ ਜਾਂਦਾ ਚੋਰੀਆਂ ਨਾਲ ਭਾਂਡੇ ਕੱਟੇ ਕੀਤੇ ਦੇਖੀ ਕਿੰਨੇ ਕੱਟੇ ਕੀਤੇ ਭੈਣ ਜਿਹੜੇ ਨੇ ਚੰਦ ਚੋ ਰਾਤ ਵਾਲੇ ਚੋ ਪੌਣਾ ਸਾਲ ਲਾਇਆ ਬਿਜਲੀ ਚ ਮੈਂ ਵੀ ਮੈਨੂੰ ਪਤਾ ਤਾਰਾ ਗੁੰਡਦਾ ਰਿਹਾ ਖੰਭਿਆਂ ਦਾ ਨਹੀਂ ਨਹੀਂ ਬਥੇਰੀਆਂ ਮੋਟਰਾਂ ਬੰਨੀਆਂ ਨੇ ਬਾਈ ਨੇ ਬੰਡੀ ਪਾ ਲੋ ਬਾਈ ਆਪਣੀ ਤੂੰ ਮੈਨੂੰ ਗੱਲ ਤੂੰ ਪੱਖਾ ਲਾਉਣਾ ਘਰੇ ਲਾਉਣਾ ਇਹ ਵੀ ਆਪਣਾ ਘਰੇ ਕੀ ਲਾ ਲੋ
ਆਜੋ ਮੁੰਡੇ ਕਰਾਂ, ਆਜੋ ਆਜੋ ਬਹਿ ਜਾਓ ਕਿਰਾ। ਆਏ ਹਾ 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 ਹਾ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਵੇਂ, ਫਾਰਮ ਭਰਨੇ ਆ? ਹਾਂਜੀ ਹਾਂਜੀ, ਮੈਂਬਰੀ ਦੇ ਕਾਗਜ਼ ਭਰਨਾ ਆ। ਅੱਛਾ, ਕੈਂਡੀਡੇਟ ਕਿਹੜਾ ਤੁਹਾਡੇ ਚੋਂ? ਉਹ ਕੀ ਹੁੰਦਾ ਓਏ, ਉਮੀਦਵਾਰ ਮੱਗਰਾ? ਉਹ ਤਾਂ ਮੈਂ ਹੀ ਆ ਭਾਈ, ਮੈਂ ਹੀ ਆ। ਕੀ ਨਾਮ ਆ ਤੁਹਾਡਾ? ਮੇਰਾ ਨਾਮ ਆ ਭਾਈ ਮੱਗਰ ਬੱਖੀ ਪਾੜ। ਅੱਛਾ, ਲਿਆਓ ਤੁਹਾਡੇ ਕਾਗਜ਼। ਲੈ ਫੜਾ ਵੀ ਮੁੰਡੇ ਕਾਗਜ਼ ਕਿਹੜਾ। ਹਾਂ ਆਹ ਦੇਖ ਲਓ ਜੀ, ਪੂਰੇ ਨੇ ਜੀ। ਆਧਾਰ ਕਾਰਡ ਦਿਓ ਤੁਹਾਡਾ। ਆਹ ਫੜੀ ਮੁੰਡਾ ਕਿਹੜਾ, ਇਹ ਆਹ ਲਓ ਜੀ। ਪਿੰਡ ਕਿਹੜਾ ਤੁਹਾਡਾ? ਪਿੰਡ ਹੈ ਜੀ ਕੋਟ ਦੋਨਾ ਜੀ। ਠੀਕ ਹੈ। ਹਾਂਜੀ ਹਾਂਜੀ, ਆ ਕਰੋ ਸਾਇਨ। ਲਿਆਓ ਜੀ ਲਿਆਓ, ਇਕੱਠਾ ਕਰ ਦਿਓ ਸਾਇਨ। ਮੈਨੂੰ ਤਾਂ ਪੰਜਾਬੀ 'ਚ ਆਉਂਦੀ ਨਹੀਂ ਜੀ। ਕੋਈ ਨਾ, ਜਿਵੇਂ ਤੁਸੀਂ ਸਾਇਨ ਕਰਦੇ ਹੋ ਮੈਂ ਕਰੋ। ਠੀਕ ਹੈ ਜੀ। ਆ ਦੇਖੀ ਮੁੰਡੇ ਠੀਕ ਨੇ? ਠੀਕ ਹੈ ਠੀਕ ਹੈ। ਆ ਲਓ ਜੀ, ਗਵਾਹ ਲੈ ਕੇ ਆਏ ਹੋ? ਇੱਕ ਦੋ ਲੈ ਕੇ ਆਏ ਜੀ। ਗਵਾਂਢੀ ਹੈ ਜੀ ਮੇਰਾ। ਲੈ ਜੀ ਕਰਦੇ ਕਿਹੜਾ ਮੁੰਡਾ, ਸਮਾਰ ਕੇ ਕਰਦੇ ਕਿਹੜਾ। ਹਾਂ ਦੇਖ ਲੋ ਜੀ, ਹੋਰ ਤਾਂ ਨੀ ਕਿਸੇ ਚੀਜ਼ ਦੀ ਲੋੜ ਜੀ। ਪੱਚੀ ਨੂੰ ਵੋਟਾਂ ਤਾਂ ਠੀਕ ਹੈ, ਪਰ ਚੋਣ ਨਿਸ਼ਾਨ ਮਾੜਾ ਦੇਤਾ ਹੈ ਨਾ ਯਾਰ। ਵਧੀਆ ਜਿਹਾ ਮੰਗਲਾ, ਵੋਟਾਂ ਨੀ ਪਾਉਣਾ ਆ ਲੋਕਾਂ ਨੇ। ਹੋਰ ਹੁੱਦਾ ਨੀ ਹੱਲ ਜੀ? ਨਾ ਨਾ ਬਦਲ ਨੀ ਸਕਦੇ। ਚਲ ਕੋਈ ਨਾ, ਸੱਬਲ ਕਿਹੜਾ ਮਾੜੀ ਹੈ, ਕੁਛ ਨੀ ਕਰ ਲਾਂਗੇ ਫਿਰ ਸੱਬਲ। ਹਾਂ ਚਲੋ ਆ ਜਾਓ ਮੁੰਡੇ ਕਰਾ, 25 ਨੂੰ ਵੋਟਾਂ ਹੈ ਜੀ। 25 ਨੂੰ, 25 ਨੂੰ ਯਾਦ ਰੱਖੋ। ਬਸ ਸਾਡੇ ਕਾਗਜ਼ ਹੁਣ ਪੱਕੇ ਭਰੇ ਗਏ ਜੀ। ਜਮਾਂ ਓਕੇ ਹੋ ਗਏ ਬਾ, ਬਣ ਗਿਆ ਮੈਂਬਰ। ਹਾਂ ਚਲੋ ਮੁੰਡਾ, ਚਲੋ ਕਰਾ। ਤੋਤੇ ਭਾਈ ਇਹਨੂੰ ਕਹੇ ਉਰੀ ਲਾ ਲੈ ਪੱਖਾ, ਭਾਬੀ ਨੂੰ ਉਰੀ ਲੈ ਆਈ। ਤੇਰੀ ਭੈਣ ਦੀ ਲੱਕੜ ਦੇ ਦੀ ਭਾਬੀ ਤੇ ਨਜ਼ਰ ਬੁਰੀ ਲੱਗਦਾ। ਪਰਿਵਾਰ ਪਰਿਵਾਰ ਆਲਾ ਬੰਦਾ ਜਾਣਾ, ਤੁਸੀਂ ਮੈਨੂੰ ਦੇ ਦੋ। ਸਾਡਾ ਕੀ ਪਰਿਵਾਰ ਨੀ ਹੈਗਾ? ਸਾਡੀ ਭਾਬੀ ਕੁਛ ਹੋ ਜੂ ਮੈਂ ਮੇਰਾ ਤੂੰ ਛੋਲੀ ਨਾਲ ਤੂੰ ਲਹਾਉਣ ਗਿਆ ਸੀ ਪੱਖਾ? ਲੈ ਮੈਨੂੰ ਕੀ
ਕੋਡਾ ਮੇਰਾ ਹੀਰਾ ਯਾਰ ਹੋਇਆ ਸੀ, ਫਿਰ ਪੱਕੀ ਇੱਛਾ ਤਾਂ ਦੇਣਾ ਭੂ ਟੋਟੇ ਤੈਨੂੰ ਦਾਰੂ ਪੀਵਾਂਗੇ ਹੋਰ ਕੀ ਲੋੜਾ ਕਰਾਂਗੇ ਉਹ ਪੀ ਗਿਆ ਮੀਨਾ ਚਫੜਾ ਦੇ ਪੀਲੀ ਮੇਰੀ ਚਿੱਟੀ ਕੀ ਭੋਛੜੀ ਨੂੰ ਜੀ ਛੋਟੀ ਪੁੰਡ ਮਾਰੀਆਂ ਮੈਨੂੰ ਕੌਣ ਭਾਈ ਤੋਤੇ ਨਾ ਬਾਈ ਤੇਰਾ ਕੀ ਕੰਮ ਤੂੰ ਕਿਹੜਾ ਪੱਖਾ ਲਾਉਣ ਗਿਆ ਗੱਲ ਮੇਰੀ ਸੁਣੋ ਬਈ ਮੈਂ ਸਿਆਣਾ ਬੰਦਾ ਜੁੜਦੇ ਜੋ ਤੇਰਾ ਇੱਛਾ ਨੀ ਹੈ ਚੋਡੇ ਵਾਲਾ ਰੋਹ ਮਾਰਦਾ ਮੇਰੇ ਜਦੋਂ ਕੀ ਕੁਝ ਮੈਂ ਸੋਨਾ ਪਿਆ ਦੋ ਤਿੰਨ ਕਿਲੋ ਮੇਰੇ ਜਦੋਂ ਭੰਗ ਭੁੰਗ ਵਾਲੀ ਵੀ ਰੱਖੀ ਆ ਲੋੜੂ ਨੇ ਬਾਲੇ ਮਾਰੀ ਜਾਂਦਾ ਬਾਲੇ ਨੀ ਜਾ ਚਿੱਟੀ ਜਾਂਦਾ ਤੇ ਉਹ ਵੀ ਪਏ ਨੇ ਟੈਗ ਪਟਦਾ ਇਹ ਲਿਖਿਆ ਹੋਇਆ ਧਰਤੀ ਤੱਕ ਇਹਨੂੰ ਨੀ ਪੜਨਾ ਨਾ ਤੂੰ ਦੇਖੀ ਹੋਏ ਗਲੈਂਡੂ ਇਹ ਇਹਦਾ ਮੰਗਾ ਵਾਲੇ ਦਾ ਤਕੜਾ ਮੱਖਾ ਪੁਰਾਣਾ ਇਹਨੂੰ ਆਈ ਲਾ ਦੋ ਮਹਿੰਗਾ ਵਿਕ ਜੂ ਆਈ ਲਾ ਦੋ ਮੈਂ ਚੱਕਦਾ ਮੇਰੇ ਹੱਥ ਚ ਬੜਾ ਹੋਏ ਛਤਰੀ ਵੀ ਲਾ ਲਾ ਬਾਈ ਮੈਨੂੰ ਲੱਗਦਾ ਕੱਲੀ ਕਾਜ ਜੀ ਰਹਿ ਗਈ ਮੰਡਲ ਦੀ ਮੈਂ ਚੱਕਦਾ ਚੱਕ ਲੈਂਦੇ ਬਾਈ ਕਿਹੜਾ ਭਾਜਦੇ ਨੇ ਚੱਲ ਛਤਰੀ ਲਾਓ ਮੇਰੇ ਤੇ ਤਰਪਾਉਣੇ ਡੱਬੀ ਬਣਾ ਵੇ ਇੱਕ
ਕਮਾਈ ਮੈਂ ਪਾਣੀ ਵਾਲੀ ਮੋਟਰ ਖੋਲੀ ਜੀ ਲੱਗਦੀ ਮੈਂ ਤੂੰ ਤੇ ਮੈਂ ਵੇਚ ਦੂੰ ਮੈਨੂੰ ਤਰੀਕਾ ਹੈਗਾ ਚਲੋ ਚਲੋ ਚੜਾਤਾ ਜਾਂਦੇ ਨੇ ਪਕਾਈ ਨਾ ਮਰੀ ਆ ਮੈਨੂੰ ਤਾਂ ਐਸੀ ਤੇਲ ਤੂਲ ਚੁਏਗੀ ਪਕਾਈ ਮਰੀ ਜਾਂਦੀ ਆ ਤੂੰ ਐਸੀ ਗਾਲਾਂ ਕੱਢਣ ਲੱਗ ਗਈ ਤੂੰ ਮੈਨੂੰ ਤੇਲ ਵਾਲਾ ਕਿਹੜਾ ਕੰਮ ਕੀਤਾ ਹੈ ਜਾ ਬਥੇਰਾ ਹਟਾਇਆ ਸੀ ਤੈਨੂੰ ਫਾਰਮ ਭਰ ਕੇ ਆਇਆ ਹੁਣ ਤਾਂ ਜਿੱਤਿਆ ਜਿਤਾਇਆ ਹਾਰ ਹੂਰ ਲਿਆ ਉਹ ਲੱਡੂ ਲੁੱਡੂ ਵੰਡਾਂਗੇ ਬਾਪੂ ਹੈ ਟਲਣ ਵਾਸਤੇ ਗਿਆ ਸੀ ਕੁੜੀ ਚ ਉਹਦਾ ਫਾਰਮ ਭਰਨ ਗਈ ਸੀ ਇੰਨਾ ਕਹਿ ਕੇ ਤੋਰਿਆ ਤੈਨੂੰ ਘਰੋਂ ਵੀ ਨਾ ਬੰਝ ਗੱਡੀ ਉਹ ਸਮਝਾ ਮਾੜਾ ਮੋਟਾ ਇਹਨਾਂ ਨੂੰ ਯਾਰ ਕਿਉਂ ਮਾਸੀ ਲੜਦੀ ਰਹਿਣੀ ਹੈ ਸਾਰਾ ਦਿਨ ਹੁਣ ਤਾਂ ਤੂੰ ਮੈਂਬਰ ਨਹੀਂ ਬਣੇਗੀ ਹਾਂ ਮੈਨੂੰ ਨਹੀਂ ਚਾਚੂ ਤੁਹਾਡੇ ਮੈਂਬਰ ਨਹੀਂ ਮੂੰਬਰ ਨਹੀਂ ਦਾ ਪਕਾਈ ਨਾ ਮਰੀ ਆ ਇੱਥੇ ਮੇਰੇ ਵਿਰੁੱਧ ਕਿਸੇ ਨੇ ਨਹੀਂ ਫਾਰਮ ਭਰੇ ਪਹਿਲਾਂ ਮੈਂ ਹੀ ਆ 7 ਨੰਬਰ ਵਾਰਡ ਚੋਂ ਬੇ ਉਦੋਂ ਨੂੰ ਬਥੇਰੇ ਖੜੇ ਹੋ ਜਾਣਗੇ ਕੋਈ ਨਹੀਂ ਜਦੋਂ ਲਾਤਾ ਨਾ ਪੋਸਟਰ ਮੱਗਰ ਦਾ ਕੋਈ ਨਹੀਂ ਭਰਦਾ ਫਾਰਮ ਹੋ ਜਾਣ ਦੇ ਮਾਸੀ ਫੇਰ ਕੀ ਹੁੰਦਾ ਜਿੱਤਣਾ ਤਾਂ ਆਪਾਂ ਨੇ ਹੀ ਆ ਬੇ ਵੋਟਾਂ ਲੋਕਾਂ ਨੇ ਪਾਉਣੀਆਂ ਨੇ ਲੋਕ ਇਹਤੇ ਪਹਿਲਾਂ ਹੀ ਬੜੇ ਲੱਗਦੇ ਆ ਵੋਟਾਂ ਮੇਰੇ ਹੱਥ 'ਚ ਹੀ ਨੇ ਹੱਥ 'ਚ ਨੇ ਤੇਰੇ ਬੇ ਨਿਸ਼ਾਨ ਨਿਸ਼ੂਨ ਮਿਲਿਆ ਕੋਈ ਹਾਂ ਦਿੱਤਾ ਉਹਨਾਂ ਨੇ ਚੋਣ ਨਿਸ਼ਾਨ ਕੀ ਦਿੱਤਾ ਦੱਸੋ ਟੱਲੇ ਲਿਆ ਮਾਸੀ ਸੱਬਲਾ ਬੂ ਬੇ ਆ ਕਹਿ ਜਾ ਚੋਣ ਨਿਸ਼ਾਨ ਆ ਚੋਣ ਨਿਸ਼ਾਨਾ ਵਰਗਾ ਚੋਣ ਨਿਸ਼ਾਨਾ ਤੈਨੂੰ ਦੱਸ ਬੜਾ ਕੀ ਦੁੱਖ ਲੱਗਦਾ ਹੈ ਵਧੀਆ ਨਹੀਂ ਹੈਗਾ ਤਾਂ ਮੋੜ ਕੇ ਹੋਰ ਲਿਓ ਮੋੜ ਨੂੰ ਭੈਣ ਚੋਦ ਦੀ ਮੂੰਗੀ ਦੀ ਦਾਲਾ ਵੀ ਮੈਂ ਮੋੜਿਆਉਂਗਾ ਇਹ ਸਰਕਾਰ ਵੱਲੋਂ ਦਿੱਤਾ ਗਿਆ ਉਹ ਬੰਦਾ ਕਮੰਦਾ ਦੇਖ ਕੀ ਦਿੰਦੇ ਨੇ ਤੇਰੇ ਚਾਹੇ ਜਾ ਕੀ ਦੇਖ ਲਿਆ ਉਹਨਾਂ ਨੇ ਜਿਹੜਾ ਸੱਬਲ ਦੇਤੀ ਪਤਾ ਨਹੀਂ ਉਹ ਕਹਿੰਦੇ ਆ ਬੁੜੇ ਨੂੰ ਸੱਬਲ ਦੋ ਚੋਣ ਨਿਸ਼ਾਨ ਮੈਨੂੰ ਸੱਬਲ ਦੇਤਾ ਕੋਈ ਜਹਾਜ਼ ਲੈ ਲੈਂਦਾ ਕੋਈ ਬੱਸ ਲੈ ਲੈਂਦਾ ਕੋਈ ਟਰੱਕ ਲੈ ਲੈਂਦਾ ਉਹ ਮੈਂ ਕਿਹਾ ਸੀ ਹੋਰ ਦੇ ਦਿਓ ਕਹਿੰਦੇ ਨਾ ਨਾ ਬਾਬਾ ਸੱਬਲ ਹੀ ਦੇਵਾਂਗੇ ਉਹ ਤਾਂ ਅਸੀਂ ਆਪਦੀ ਮਰਜ਼ੀ ਨਾਲ ਹੀ ਦਿੰਦੇ ਨੇ ਹਾਂ ਨਾਲੇ ਟਰੱਕ ਜਹਾਜ਼ ਆਪਾਂ ਕਿੱਥੋਂ ਲੈਂਦੇ ਸੱਬਲਾਂ ਤਾਂ ਆਪਣੇ ਘਰੇ ਹਾ ਪਈਆਂ ਨੇ 4-5 ਤੇਲ ਤੂਲ ਲਾ ਕੇ ਪਿੰਡ 'ਚ ਗੇੜਾ ਦੇਵਾਂਗੇ ਚੋਣ ਨਿਸ਼ਾਨ ਸੱਬਲ ਜਹਾਜ਼ ਕਿੱਥੇ ਲਿਆਉਣਾ ਮੈਂ ਅਤੇ ਸੱਬਲ ਸੱਬਲ ਅਤੇ ਤੇਲ ਪਕਾਈ ਨਾ ਮਰੀ ਆ ਮੁੰਡੇ ਆ ਗਏ ਚਾਚੂ ਬਣਾ ਇਹਨਾਂ ਨੂੰ ਕੋਈ ਚਾਚੂ ਨਹੀਂ ਪਾਉਣੀ ਇਹਨਾਂ ਨੂੰ ਬੜਾ ਕੰਮ ਕਰਕੇ ਦੇ ਮਾਸੀ ਭੁੱਖ ਲੱਗੀ ਪਈ ਨਾਲ ਬਿਸਕੁਟ ਵੀ ਲੈ ਖਵਾਉਂਗੀ ਤੈਨੂੰ ਬਿਸਕੁਟ ਭੱਜੋ ਇੱਥੋਂ ਓ ਕੋਈ ਨਾ ਮੈਂ ਤੁਹਾਨੂੰ ਢਾਬੇ ਦੇ ਖਵਾ ਦੂੰ ਯਾਰ ਤੁਸੀਂ ਗੁੱਸਾ ਨਾ ਕਰੋ ਕਹੇ ਜੀ ਮੱਗਰ ਹੈ ਤੇਰੇ ਵੋਟਾਂ ਤੋੜੀ ਜਾਂਦੀ ਹੈ ਭੈਣ ਚੋਦੀ ਹੁਣੀ ਕਿਹੜੀਆਂ ਵੋਟਾਂ ਹਲੇ ਆ ਦੋ ਪੱਕੀਆਂ ਵੋਟਾਂ ਨੇ ਸਪੋਰਟਰ ਨੇ ਮੇਰੇ ਪੂਰੇ ਤਕੜੇ ਜਾਣਦੀ ਐ ਇਹਨੂੰ ਵੱਡੇ ਸਪੋਰਟਰਾਂ ਨੂੰ ਮੈਂ ਮਰੀ ਜਾਨੀ ਐ ਚੱਲ ਕੋਈ ਨਾ ਯਾਰ ਤੁਹਾਨੂੰ ਮੈਂ ਇਧਰ ਉਧਰ ਪਿਆ ਦੂੰਗਾ ਚਾਚੂ ਹਾਂ ਹੁਣ ਪ੍ਰਚਾਰ ਸ਼ੁਰੂ ਕਰਨਾ ਮੇਰੇ ਨਾਲ ਚੱਲਿਆ ਕਰ ਚੰਗਾ ਪੁੱਤ ਅਸੀਂ ਨਹੀਂ ਜਾਂਦੇ ਜੁੰਦੇ ਹੈਗੇ ਪਕਾਈ ਕਿਉਂ ਮਰੀ ਤੂੰ ਚੱਲੇਗੀ ਪੁੱਤ ਹਾਂ ਮੈਂ ਚੱਲੂੰ ਤੂੰ ਚੱਲੇਗਾ ਲੱਖੇ ਮੈਂ ਨਹੀਂ ਜਾਂਦਾ ਬਾਪੂ ਭੈਣ ਦਾ ਖਸ ਮਾਰਦੀ ਦਾ ਉਹ ਮਾਸੀ ਨੂੰ ਲੈ ਕੇ ਚੱਲਿਆ ਕਰਾਂਗੇ ਆਪਾਂ ਚੱਲਾਂਗੇ ਬੁੜੀਆਂ ਤੋਂ ਵੋਟਾਂ ਵੋਟਾਂ ਮੰਗਣੀਆਂ ਨੇ ਆਪੀ ਮੈਂ ਮਨਾ ਲੂੰ ਯਾਰ ਤੁਸੀਂ ਤੂੰ ਫਿਕਰ ਨਾ ਕਰੋ ਮੈਂ ਕਹਿਣਾ ਤੁਸੀਂ ਚੱਪੂ ਹੁਣ ਜਾ ਕੇ ਪੋਸਟਰ ਪੋਸਟਰ ਬਣਾਓ ਠੀਕ ਹਾਂ ਖਾਸੇ ਸਾਰੇ ਬਣਾ ਲਓ ਰੁਪਈਏ ਰੁਪਈਏ ਦੱਸੋ ਕਿੰਨੇ ਕੁ ਲੱਗਣਗੇ 10,000 ਤਾਂ ਲੱਗ ਹੀ ਜਾਊਗਾ 10,000 ਲੈ ਹੋਰ ਕੀ ਮੂੰਗੀ ਲਿਆਉਣੀ ਆ 100 ਰੁਪਏ ਨੂੰ ਦੇਖ ਲਾ ਲਾਗੇ ਲੁੱਟਣ ਪਹਿਲੀ ਉਹ ਖਰਚਾ ਹੁਣ ਮੈਂਬਰੀ ਤੇ ਹੋਊ ਗਈ ਉਹ ਇੰਨੇ ਕਾਹਦੇ ਲੱਗ ਜਾਣਗੇ ਓਏ 7-8,000 ਦੇ ਤਾਂ ਪੋਸਟਰ ਛਪਾ ਲਾਂਗੇ 2,000 ਦਿਹਾੜੀਏ ਲੈ ਜਾਣਗੇ ਪਿੰਡ 'ਚ ਪੋਸਟਰ ਲਾਉਣ ਨੂੰ ਹਾਂ ਹਾਂ ਬਾ ਵੱਡੇ ਵੱਡੇ ਨਾਲ ਛੋਟੇ ਸਾਰੇ ਪਾਂਤੇ ਲੈ ਆਇਓ ਕੋਈ ਨਾ ਉਹ ਨਾ ਤੂੰ ਟੈਨਸ਼ਨ ਲੈ ਫੋਟੋ ਮੇਰੀ ਘੈਂਟ ਜੀ ਲਾ ਦਿਓ ਚੰਗਾ ਠੀਕ ਹੈ ਸਾਰੇ ਪਿੰਡ 'ਚ ਪੋਸਟਰ ਲਾ ਲਾਂਗੇ ਬਹਿ ਜਾ ਬਹਿ ਜਾ ਕਰਾਂਗੇ ਯਾਰ ਲਿਆਉਣਾ ਕਰ ਪੋਸਟਰ ਹੁਣੀ ਬਣਾ ਕੇ ਲਿਆਓ ਦਿਨ ਤਾਂ 7 ਰਹਿ ਗਏ ਵੋਟਾਂ 'ਚ 25 ਜੂਨ ਤਾਂ ਵੋਟਾਂ ਪੈਣੀਆਂ ਨੇ ਤਿਆਰੀ ਕਰਨੀ ਆ ਪੂਰੀ ਤੂੰ ਮੁੰਡਾ ਸਾਥ ਦੇ ਮੇਰਾ ਚੰਗਾ ਉਹ ਬਾਪੂ ਘਰ ਦੇ ਕੰਮ ਹੀ ਨਹੀਂ ਲੋਟ ਆਉਂਦੇ ਤੂੰ ਤਾਂ ਵੇਲਾਂਗਾ ਦੇਖ ਲੈ ਭੈਣ ਚਲੋ ਤੁਸੀਂ ਹੈਗੇ ਯਾਰ ਆਪਣਾ ਤੂੰ ਰੁਪਈਏ ਲਿਆ ਯਾਰ ਹਾਂ ਬਾਬਾ ਵੀ ਲੈ ਜਾ ਹਾਂ ਲੈ ਕੇ ਖੜ ਜਾ ਬਸ ਮੈਂ ਲਿਆਉਣਾ ਕਰਾਂ
ਕੱਟੋਗੇ ਸਾਡਾ ਘਰ ਇੰਨੇ ਵੇ ਰੁਪਈਏ ਦੱਸ ਇੰਨੀ ਲੱਗਦੇ ਹੁੰਦੇ ਨੇ ਮਾਸੀ ਵੋਟਾਂ ਨੇ ਫੇਰ ਵੀ ਇਹ ਲੱਗਦੇ ਨੇ ਇੰਨੇ ਮੈਨੂੰ ਸਾਰਾ ਪਤਾ ਗਾ ਤੁਸੀਂ ਲੁੱਟਣ ਨੂੰ ਫਿਰਦੇ ਉਹਨੂੰ ਨਾਲ ਸਾਡੇ ਘਰੇ ਨਾ ਬੜਿਆ ਕਰੋ ਊਈ ਘਬਰਾਈ ਜਾਂਦੀ ਹੈ ਸਾਰਾ ਦਿਨ ਲੜਦੀ ਰਹਿਣੀ ਹੈ ਬੇਬੇ ਅਸੀਂ ਕੋਈ ਨਹੀਂ ਲੁੱਤੀਆਂ ਲਾਉਂਦੇ ਉਹੀ ਮੈਂਬਰ ਖੜਾ ਹੁਣ ਨੂੰ ਫਿਰਦਾ ਗਾ ਫਿਰਦਾ ਲਾ ਕੇ ਉਂਗਲ ਉਹ ਭੱਜ ਲਿਆ ਤੂੰ ਵੀ ਆਂਡ ਗਵਾਂਡ 'ਚ ਜਾਇਆ ਸੀ ਵੋਟਾਂ ਨੂੰ ਠੀਕ ਹੈ ਆਈ ਜਾ ਜਿੱਤਣਾ ਆਪਾਂ ਨੇ ਹਾਂ ਹੁੰਦਾ ਦੇਖ ਭੱਜਿਆ ਹੁਣ ਤਾਂ ਕਿੱਥੇ ਜਾਓਗੇ ਪੋਸਟਰ ਬਣਾਉਣ ਓਏ ਬਰਨਾਲੇ ਜਾਏ ਆਉਣੇ ਆ ਸੰਗਰੂਰ ਜਾਇਓ ਸੰਗਰੂਰ ਉੱਥੇ ਵਧੀਆ ਬਣਾਉਂਦੇ ਨੇ ਆਹ ਚੱਕ ਮੇਰੇ ਸੂਟਾਂ ਵਾਲੀ ਤਾਂ ਨਿਕਲਦੇ ਨਹੀਂ ਹੈਗੇ ਪੱਕਾ ਹੀ ਨਾ ਮਰੀ ਯਾਰ ਪੀਆਂ ਦੀ ਪ੍ਰਵਾਹ ਨਾ ਕਰੀ ਆਪਾਂ ਵੋਟਾਂ ਜਿੱਤਣੀਆਂ ਨੇ ਘੱਟ ਤਾਂ ਨਹੀਂ ਹੈਗੇ 10,000 ਤੋਂ ਪੂਰਾ 10,000 ਪੀਆਂ ਦੀ ਪ੍ਰਵਾਹ ਨਾ ਕਰੀ ਆਪਾਂ ਤਰਗਾਨੇ ਉਡਾ ਦਾਂਗੇ ਬਸ ਠੀਕ ਆ ਦੇਖ ਲੈ ਬੇਬੇ ਔਰ ਪੱਕਾ ਹੀ ਨਾ ਮਰੀਓ ਮੈਂਬਰ ਐਸ ਕੀ ਮੈਂ ਹੀ ਬਣੂ ਮੁੰਡਿਆਂ ਵਾਲੀ ਤਾਂ ਨਿਕਲਦੇ ਨਹੀਂ ਸਾਨੂੰ ਤਾਂ ਕਦੇ ਦਿੱਤੇ ਨਹੀਂ ਪੈਸੇ ਉਹ ਮੈਂਬਰ ਬਣ ਜਾਂਦੇ ਗਰੰਟਾ ਵਧੇਰੀਆ ਖਾਵਾਂਗੇ ਸੂਟ ਤੁਹਾਨੂੰ ਲਿਆ ਦਾਂਗੇ ਢੇਰ ਆਪਾਂ ਕਿਹੜਾ ਤੇ ਲੋਕ ਟਪਾਉਣੀ ਹੈ ਉਹੀ ਮਰੀ ਜਾਂਦੇ ਜਾਣਦੀਆਂ ਤੈਨੂੰ ਖਾਣ ਵਾਲੇ ਨੂੰ ਕੁਝ ਖਾਧਾ ਕਿ ਨਾ ਮਰੀਆ ਤੂੰ ਖਵਾ ਕੇ ਆਉਣਾ ਘਰੇ ਚੁੱਪ ਕਰ ਜਾ ਤੁਸੀਂ ਜਾਓ ਯਾਰ ਹਾਂ ਹਾਂ ਜਾਓ ਜਾਓ ਕਰਾਂ ਇਹ ਖੁੰਗਲ ਕਰੂਗਾ ਬੇਬੇ ਚੋਣ ਨਿਸ਼ਾਨ ਨਾਲੇ ਵਧੀਆ ਫੋਟੋ ਵਧੀਆ ਹੀ ਲਵਾਇਓ ਬਸ ਠੀਕ ਆ ਹਾਂ ਆ ਜਾਓ ਕਰਾਂ ਛੇਤੀ ਮੁੜ ਕੇ ਖੜੀ ਕਰਕੇ ਸਭ ਬੱਲ ਲਵਾ ਦੇ ਹਾਂ 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 ਛੇਤੀ ਆ ਜਾਓ ਮੁੜ ਕੇ ਕਰਾਂ ਫੜਾ ਤੇ ਰਹੀ ਹੈ ਆ ਫੜਾ ਤੇ ਪੱਕਾ ਹੀ ਨਾ ਮਾਰੀਆ ਮੇਰੀ ਗੱਲ ਸੁਣ ਲਾ ਹੁਣ ਕੰਨ ਖੋਲ ਕੇ ਹਾਂ ਪਿੰਡ 'ਚ ਸਾਰੀਆਂ ਬੁੜੀਆਂ ਨਾਲ ਲਿਹਾਜ਼ ਪਾਲਾ ਹੁਣ ਮੈਂ ਨਹੀਂ ਪਾਉਂਦੀ ਬੁਦੀ ਪੱਕਾ ਹੀ ਨਾ ਮਾਰ ਕਿਸੇ ਨੂੰ ਪੁੱਠਾ ਨਹੀਂ ਬੋਲਣਾ 25 ਤਰੀਕ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਚੱਲ ਜਿਹਦੇ ਨਾਲ ਮੇਰੀ ਬਣਦੀ ਨਹੀਂ ਮੈਂ ਤਾਂ ਹੀ ਬੋਲੂੰਗੀ ਪੱਕਾ ਹੀ ਨਾ ਮਾਰ ਜਿਨ੍ਹਾਂ ਨਾਲ ਨਹੀਂ ਬਣਦੀ ਉਹਨਾਂ ਨਾਲ ਵੀ ਬਣਾ ਤੂੰ ਵੀ ਪੁੱਤ ਚੰਗਾ ਆਪਦੀਆਂ ਵੱਧ ਤੋਂ ਵੱਧ ਸਹੇਲੀਆਂ ਬਣਾ ਹਾਂ ਮੈਨੂੰ ਬਾਹਰ ਤਾਂ ਨਿਕਲ ਨਹੀਂ ਦਿੰਦੀ ਇਹ ਮੈਂ ਭੇਜੂ ਤੈਨੂੰ ਕੋਈ ਨਾ ਕਿਸੇ ਨੂੰ ਕੱਖਾਂ ਨੂੰ ਜਵਾਬ ਨਹੀਂ ਦੇਣਾ ਕੋਈ ਸੰਦਸ ਜਿਹੜਾ ਲੈਣਾ ਵੇ ਕਿਸੇ ਨੂੰ ਨਹੀਂ ਮੋੜਨਾ ਤੜਵਾ ਦੇ ਸਾਰਾ ਕੁਛ 15 ਦਿਨਾਂ 10 ਦਿਨਾਂ 'ਚ ਕੁਛ ਨਹੀਂ ਹੁੰਦਾ ਯਾਰ ਤੂੰ ਫਿਕਰ ਨਾ ਕਰ ਕਬਾੜ ਬਣਾ ਦੇਣਗੇ ਲੋਕ ਉਹ ਤੈਨੂੰ ਕੀ ਹੁੰਦਾ ਦੇ ਦੀ ਯਾਰ ਜਵਾਬ ਨਹੀਂ ਦੇਣਾ ਕਿਸੇ ਨੂੰ ਵੋਟਾਂ ਲੈਣੀਆਂ ਨੇ ਆਪਾਂ ਨੇ ਕਰ ਲਟਾ ਦੇ ਚੁਕਾ ਦੇ ਸਾਰਾ ਸਮਾਨ ਦਾਨ ਕਰ ਦੇ ਪੱਕਾ ਹੀ ਨਾ ਮਾਰ ਕਿਧਰੇ ਨਹੀਂ ਹੁੰਦਾ ਥੋੜਾ ਮੋਟਾ ਖਰਚਾ ਤਾਂ ਹੁੰਦਾ ਹੀ ਹੁੰਦਾ ਮੈਂ ਮੋੜ ਦੂੰ ਸਾਰਾ ਤੁਹਾਡਾ ਸਾਡੇ ਵਾਰੀ ਤਾਂ ਨਿਕਲਦਾ ਨਹੀਂ ਸਾਡੇ ਵਾਰੀ ਨਿਕਲਦਾ ਚੌਰਿਆ ਜਦੋਂ ਜਿੱਤ ਗਿਆ ਸੂਟ ਤੈਨੂੰ 5 ਲਿਆ ਦੂੰ ਕਿਉਂ ਪਕਾਈ ਮਰੀ ਜਾਨੀ ਹੈ ਲੈ ਕੇ ਦਿੱਤਾ ਆਹੀ ਪਾਈ ਫਿਰਦੀ ਆ ਕਿ ਦੇ ਦੇ ਲੈ ਕੇ ਦਿੱਤਾ ਨਹੀਂ ਉਦਾਂ ਤੈਨੂੰ ਸੜਿਆ ਸੂਟ ਸੇਲ ਚੋਂ ਲੈ ਕੇ ਦਿੱਤਾ ਵਧੀਆ ਲਿਆ ਦੂੰ ਹੋਰ ਲਿਆ ਦੂੰ ਨਾ ਤੈਨੂੰ ਵੀ ਲਿਆ ਦੂੰ ਚੰਗਾ ਪੁੱਤ ਚੰਗਾ ਹਾਂ ਹਾਂ ਇਹਦੇ ਕੋਲ ਤਾਂ ਪਹਿਲੇ ਢੇਰ ਲੱਗ ਰਿਹਾ ਪਕਾਈ ਨਾ ਮਾਰ ਮੈਂ ਪਿੰਡ 'ਚ ਜਾ ਕੇ ਵੋਟਾਂ ਵੋਟਾਂ ਕਰਾਂ ਕਰਦਾ ਤਿਆਰੀ ਕਰਾਂ ਕਰਦਾ ਤਿਆਰੀ ਦੇਖ ਕਿੰਨਾ ਚਾਹ ਚੜਿਆ ਪਿਆ ਪੁੱਤ ਦੇਖ ਕਿੰਨਾ ਚਾਹ ਚੜਿਆ ਪਿਆ ਮੇਰੀ ਚੱਲਦੀ ਵਾਲੀ ਮੈਂ ਆਪੀ ਵੇਚੂ ਡਰਦੇ ਗੇ ਹਾਂ ਇਹਦੀ ਬਣੀ ਵਾਲੀ ਪਿੰਡ ਜਿਹ ਤੇ ਕੋਈ ਚੱਕ ਨੀ ਕਰਦਾ ਦਾਰੂ ਪੀਵੇਗਾ ਚੰਗਾ ਬੜ ਛੇਤੀ ਚੱਲੋ ਕਿਤੇ ਟੇਕਾ ਬੰਦ ਹੋ ਜਾ ਵੇਚ ਦੇਗਾ ਠੱਗਾ ਵੇਚ ਨੂੰ ਮੈਂ ਆਪੇ ਟੈਕਸਨ ਕਿਉਂ ਲਈ ਜਾਂਦੇ ਹੋ ਚੰਗਾ ਬਾਬਾ ਚਾਰੇ ਰੁਪਈਏ ਵੱਟ ਕੇ ਦੇ ਮੇਰੇ ਜਾਲਿਆ ਮੈਂ ਵੀ ਲੂੰ ਵੀ ਚੰਗਾ ਨਾ ਚੁਣ ਲੂੰ ਮੇਰੇ ਕਿਉਂ ਤੁਹਾਡੀ ਮੁੰਡ ਮਾਰੀ ਹੈ ਪੱਕਾ ਧਰਦੇ ਫਿਰ ਨਾ ਨਾ ਮੈਂ ਨਹੀਂ ਧਰਦਾ
ਮੈਂ ਤਾਂ ਚੱਲਿਆ ਫਿਰ ਗਲੈਂਡੂ ਕਿੱਧਰ ਮਰ ਗਿਆ ਵੇ ਉਹ ਜੱਸ ਹਾਂਜੀ ਤੁਹਾਨੂੰ ਕਿਸੇ ਗੱਲ ਦਾ ਪਤਾ ਲੱਗਦਾ ਕਿ ਨਾ ਕਿਹੜੀ ਦਾ ਉਹ ਮੱਗਰ ਬੱਖੀ ਪਾੜ ਵੋਟਾਂ ਚ ਉੱਠਣ ਨੂੰ ਫਿਰਦਾ ਹੈਗਾ ਕਿਹੜੀਆਂ ਵੋਟਾਂ ਚ ਆ ਜਿਹੜੀਆਂ ਹੁਣ ਪੈਣਗੀਆਂ ਸਰਪੰਚ ਦੀਆਂ ਤੇ ਮੈਂਬਰੀ ਦੀਆਂ ਅੱਛਾ ਉਹਦੇ ਚ ਉੱਠਣ ਕਹਿੰਦਾ ਉਹ ਪਿੰਡ ਚੋਂ ਸੁਣ ਕੇ ਆਇਆ ਮੈਂ ਗੱਲ ਅੱਜ ਤੁਸੀਂ ਉਹ ਵੀ ਨਾ ਟੈਨਸ਼ਨ ਲਈ ਜਾਓ ਉਹਨੂੰ ਕਿਹਨੇ ਵੋਟ ਪਾਉਣੀ ਆ ਉਹ ਰਹਿਣ ਦੇ ਬਸ ਲੰਡਾ ਲੁੱਚਾ ਚੌਧਰੀ ਗੁੰਡੀ ਰੰਨ ਪ੍ਰਧਾਨ ਇਹ ਜਾਂ ਇਹ ਤਾਂ ਉਹਦੀ ਬਣ ਜਾਂਦਾ ਹੁੰਦਾਗਾ ਜੀ ਸਾਰੇ ਪਿੰਡਾਂ ਨੂੰ ਪਤਾ ਉਹਦਾ ਕਿਸੇ ਨੇ ਵੋਟ ਨਹੀਂ ਪਾਉਣੀ ਉਹਨੂੰ ਕੀ ਹੋ ਗਿਆ ਕਾਹਦਾ ਗਾਹ ਪਾਰ ਕੇ ਸੁਣਨੇ ਸੋਨੀ ਮੱਗਰ ਵੱਖੀ ਪਾੜ ਨੂੰ ਵੋਟਾਂ ਚ ਉੱਠਣ ਨੂੰ ਫਿਰਦਾ ਹੈਗਾ ਮੈਂਬਰੀ ਦੀਆਂ ਚ ਤੈਨੂੰ ਕਿਹਨੇ ਕਹਿਤਾ ਸੁਣ ਕੇ ਆਇਆ ਮੈਂ ਪਿੰਡ ਚੋਂ ਅਫਵਾਹ ਉੱਡੀ ਪਈ ਆ ਪਿੰਡ ਚ ਤਾਂ ਪੂਰੀ ਗੱਲ ਫਿਰ ਖੜ ਜਾਂਦੇ ਤੈਨੂੰ ਕੀ ਚੱਕਰ ਆ ਤੂੰ ਕਾਹਤੋਂ ਟੈਨਸ਼ਨ ਲਈ ਫਿਰਦਾ ਗਾ ਖੜ ਜੂਗਾ ਖੜ ਜਾਂਦੇ ਤੇ ਜੇ ਤੇਰਾ ਕੁਛ ਲੱਗਦਾ ਜਿੱਤ ਗਿਆ ਫਿਰ ਉਹ ਕੌਣ ਜਿੱਤਦਾ ਉਹ ਨਹੀਂ ਜਿੱਤਦਾ ਜੀ ਤੁਸੀਂ ਉਹੀ ਨਾ ਆਪਦੇ ਦਿਮਾਗ ਤੇ ਬੋਝ ਪਾਈ ਜਾਓ ਉਹ ਨਹੀਂ ਜਿੱਤਦਾਗਾ ਜਸ ਮੇਰੀ ਗੱਲ ਸੁਣ ਜੇ ਕਿਤੇ ਨਾ ਜਾਣਗੇ ਜਿੱਤ ਗਿਆ ਆਪਣਾ ਤਾਂ ਭੈਣ ਚੋ ਤੇ ਜਿਉਣਾ ਦੁੱਬਰ ਕਰ ਦੂਆ ਤਾਂ ਹੁਣੇ ਨਹੀਂ ਮਾਣ ਜੇ ਉਹ ਮੈਂਬਰ ਬਣ ਗਿਆ ਘਰੋਂ ਕੱਢ ਦੂਆ ਘਰੋਂ ਕੋਡੇ ਕਰ ਲੂ ਕੋਡੇ ਤੂੰ ਰਹਿਣ ਦੇ ਰੱਬ ਦੇ ਵਾਸਤੇ ਰਹਿਣ ਦੇ ਜਿੱਤ ਜੂਗਾ ਜਿੱਤ ਜੇ ਖਾਸਮਾਂ ਨੂੰ ਖਾਵੇ ਟੈਨਸ਼ਨ ਲਈ ਫਿਰਦਾ ਉਹ ਨਹੀਂ ਜਿੱਤਦਾ ਮੇਰੀ ਗੱਲ ਸੁਣ ਲਾ ਸਿਵੇ ਪਾਵੇ ਨਾ ਪਰਖਿਆ ਕਰੋ ਤੁਸੀਂ ਅਗਲੇ ਨੂੰ ਚੌ ਵੀ ਹੁੰਦਾ ਗਾ ਅਗਲੇ ਨੂੰ ਸ਼ੌਂਕ ਵੀ ਹੁੰਦਾ ਠੀਕ ਆ ਆਪਾਂ ਇਹ ਗੱਲ ਤੋਂ ਆਪਾਂ ਉਹਨੂੰ ਨਹੀਂ ਕਰ ਸਕਦੇ ਖੜੇ ਨਾ ਖੜੇ ਤੈਨੂੰ ਕੀ ਚੱਕਰ ਆਗਦਾ ਇਹਨੂੰ ਬੜਾ ਦੁੱਖ ਲੱਗਿਆ ਸਿਵੇ ਵਾਲੀ ਗੱਲ ਤੋਂ ਚੱਲ ਦੇਖਦੇ ਆ ਕੀ ਬਣਦਾ ਚੰਗਾ ਪਰ ਇਹ ਜੇ ਉੱਠ ਖੜਿਆ ਤੇ ਕੁਦਰਤੀ ਜਿੱਤ ਵੀ ਗਿਆ ਫਿਰ ਆਪਣੇ ਵਾਸਤੇ ਇਹ ਚੰਗੀ ਗੱਲ ਨਹੀਂ ਜਿਵੇਂ ਤੁਹਾਨੂੰ ਕਹੀ ਨਹੀਂ ਤੁਸੀਂ ਨਾ ਟੈਨਸ਼ਨ ਲਓ ਐਸੀ ਗੱਲ ਨਹੀਂ ਹੁੰਦੀ ਪਿੰਡ ਛੱਡਣਾ ਪਊ ਆਪਾਂ ਨੂੰ ਬਸ ਰਹਿਣ ਦੇ ਕਰ ਸਾਰਾ ਦਿਨ ਮੱਗਰ ਦੀ ਟੈਨਸ਼ਨ ਲੈਂਦਾ ਫਿਰੀ ਗਿਆ ਪਰ ਹੁਣ ਲੈ ਕਿਸੇ ਨੇ ਨਵੇਂ ਸਿਆਪਾ ਪਾਤਾ ਜੈ ਹੋਏ ਨੇ ਮਰਜੇ ਰੱਖ ਲਗਾ ਨਹੀਂ ਕੋਈ ਤਾਂ ਮਰੇ ਹੀ ਆ ਕਿਹਨੇ ਦੱਸਿਆ ਇਹਨੂੰ ਕੀ ਪਤਾ ਕਿਹਨੇ ਦੱਸਿਆਗਾ ਇਹਦਾ ਪਹਿਲੀ ਨਹੀਂ ਮਾਨਤੀਗਾ ਅਸਲੀ ਗੱਲ ਜੀ ਚੱਚੜੀ ਗੱਲ ਪਿੰਡੀ ਵਧੀਆ ਜੀ ਵਧੀਆ ਨਾ ਨਾ ਤੁਸੀਂ ਖਬਰ ਕਿਹਦੇ ਲਾ ਕੇ ਲੈ ਕੇ ਆਓਗੇ ਨਾ ਨਾ ਜੀ ਆਪਣੀ ਹਾਂ ਜੀ ਤੁਸੀਂ ਜਾਓ ਆਪਾਂ ਨੀ ਲੈਂਦੇ ਮੈਂ ਕਹਿਣਾ ਜਮਾ ਵੀ ਨੀ ਯਾਰ ਤੁਸੀਂ ਜਾਓ ਯਾਰ ਮੈਂ ਯਾਰ ਤੈਨੂੰ ਬੰਦਿਆਂ ਨੂੰ ਕਹਿਤਾ ਨਹੀਂ ਲੈਣਾ ਤਾਂ ਨਹੀਂ ਲੈਣਾ ਯਾਰ ਬਾਹਰ ਚਲੋ ਆਪਣੇ ਪਿੰਡ ਕਬਾੜੀਆਂ ਦੇ ਵਿੱਚ ਉਹ ਲੈ ਲੈਣਗੇ ਉਹ ਬੋਤਲ ਦਾ ਹੀ ਫੁੱਦੂਆਂ ਹੁਣ ਘਰੇ ਲੈ ਲਾਂਗੇ ਚਾਦੇ ਲਾਵਾਂਗੇ ਮੈਂ ਚਾਦੇ ਲੈ